अस्सलाम वालेकुम जी, मैं थोड़ा अपना होस्ट बाबा जी और खोरे सच संताली दे बिटर ट्रुथ्स ऑफ 1947 आर्काइव 47 कुछ भी कह लो उन्होंने वंड पंजाब दी है दिल नू दिल खराश दिल नू दुख देने वाली चीज़ा जड़िया ने वो सामने आंदियां ने। मैं थोड़े ना वादा किया हसबे वादा मैं कोई ना कोई नवी स्टोरी थोड़े सामने लैके आवांगा जिड़ी कि पंजाब दे वंड और पाकिस्तान बनन ते और इस चीज़ के पिछे ਕਿਹੜੀਆਂ ਚੀਜ਼ਾਂ ਸਨ ਜਾਂ ਨਫ਼ਰਤ ਸੀ ਜਾਂ ਪਿਆਰ ਸੀ ਜੋ ਚੀਜ਼ ਵੀ ਹੈ ਕਿਸੇ ਦੀ ਵਿਦਆਊਟ ਆਫ ਐਨੀ ਐਡੀਟਿੰਗ ਲਾਈਵ ਬਿਲਕੁਲ ਸਾਰਾ ਕੁਛ ਰਿਕਾਰਡ ਕਰਕੇ ਜੋ ਕੁਛ ਹੁੰਦਾ ਉਹ ਤੁਹਾਡੇ ਸਾਹਮਣੇ ਆ ਜਾਂਦਾ ਹੈ। ਮੈਂ ਫਿਰ ਇੱਕ ਵਾਰੀ ਸ਼ੁਕਰਗੁਜ਼ਾਰ ਹਾਂ ਉਹਨਾਂ ਦੋਸਤਾਂ ਦਾ ਜਿਹੜੇ ਕਿ ਮੇਰੇ ਖੋਰੇ ਸੱਚ ਸੰਤਾਲੀ ਦੇ ਪ੍ਰੋਗਰਾਮ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਅਤੇ ਇੱਕ ਹੋਰ ਸਟੋਰੀ ਹੋ ਜਾਵੇ ਖੋਰੇ ਸੱਚ ਸੰਤਾਲੀ ਦੇ ਹਵਾਲੇ ਨਾਲ। ਤੁਹਾਡਾ ਇਸਮ ਸ਼ਰੀਫ ਕੀ ਜੀ? ਨਾਮ ਕੀ ਤੁਹਾਡਾ? ਮਹਾਰਾਜ ਜੀ। ਮਹਾਰਾਜ ਦੀ, ਤੁਸੀਂ ਅੱਗੇ ਆਓ ਥੋੜ੍ਹਾ ਜਿਹਾ। ਮਹਾਰਾਜ ਦੀਨ, ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ? ਮਹਾਰਾਜ ਅਲੀ ਜੀ। ਮਹਾਰਾਜ ਅਲੀ, ਮਹਾਰਾਜ ਅਲੀ ਕਿੰਨੇ ਭਾਈ ਸੀ ਤੁਸੀਂ? ਅਸੀਂ ਤਿੰਨ ਭਾਈ ਸੀ। ਤਿੰਨ ਭਾਈ ਹੈ, ਠੀਕ ਹੋ ਗਿਆ। ਅਤੇ ਤੁਹਾਡੀ ਜੰਮਪਲ ਇਹੀ ਰਾਮਦਾਸ ਕੋਟਲੀ ਦੀ ਹੈ? ਕੋਟਲੀ ਰਾਮਦਾਸ ਜਿਹੜੀ ਹੈ। ਤੁਸੀਂ ਕੀ ਵੇਖਿਆ ਤੁਸੀਂ ਇੱਥੇ? ਕਿਸ ਤਰ੍ਹਾਂ ਪਿੰਡ ਵੱਸਦਾ ਸੀ ਉਸ ਵੇਲੇ? ਪਿੰਡ ਜ਼ਿਮੀਂਦਾਰ ਕਰਦੇ ਹਾਂ, ਅਸੀਂ ਖੱਡੀਆਂ ਆਉਂਦੇ ਹਾਂ, ਆਪਣੇ ਕੱਪੜਾ ਛਾਪੜਾ ਆਪਣਾ ਮਿਹਨਤ ਕਰਕੇ ਖਾਂਦੇ ਹਾਂ। ਅੱਛਾ, ਅਨਸਾਰੀ ਤੁਸੀਂ ਆਪਣਾ ਵਾਹੀ ਬੀਜੀ ਕਰਕੇ ਔਰ ਕੱਪੜੇ ਕੁਪੜੇ ਉਣ ਕੇ ਜਿਹੜਾ ਉਹ ਗੁਜ਼ਾਰਾ ਕਰੀਦਾ ਸੀ। ਤੇ ਕੀ ਤੁਹਾਡਾ ਪਿੰਡ ਦਾ ਕੀ ਉਸ ਵੇਲੇ ਮਾਹੌਲ ਕੀ ਸੀ? ਪਿੰਡ ਠੀਕ ਠਾਕ ਸੀ, ਇੱਕ ਦੂਜੇ ਨਾਲ ਕੋਈ ਲੜਾਈ ਝਗੜਾ ਨਹੀਂ, ਕੋਈ ਕਿਸੇ ਨੂੰ ਮਾਰਨ ਵਾਸਤੇ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਕੋਈ ਤੰਗ ਨਹੀਂ। ਅਸੀਂ ਵੀ ਮਗਰੋਂ ਆਏ ਹਾਂ, ਜਿਹੜਾ ਤੁਸੀਂ ਬਹੁਤ ਤੰਗ ਨਹੀਂ ਕੀਤਾ। ਖਾਸ ਖਾਸ ਬਾਤ ਸੋਹਣੀ ਦੱਸੇਗਾ, ਸਮਝ ਵੀ ਆਏਗੀ। ਇਹ ਲੈ ਭਾਜੀ, ਇੱਕ ਮਿੰਟ ਲੋ ਜੋ ਹੁਣ ਉਹਨਾਂ ਦੀ ਪੜਤਾ ਜੀ। ਤੇ ਤੁਸੀਂ ਮੈਨੂੰ ਇਹ ਦੱਸੋ ਕਿ ਵੀ ਕਿੰਨੇ ਤੁਹਾਡੇ ਇੱਥੇ ਜਾਣਨ ਵਾਲੇ ਸੀ, ਜਿਨ੍ਹਾਂ ਨੂੰ ਤੁਸੀਂ ਮੋਟੇ ਮੋਟੇ ਨਾਮ ਦੱਸੋ ਜਿਨ੍ਹਾਂ ਨੂੰ ਤੁਸੀਂ ਜਾਣਦੇ ਸੀ ਜ਼ਰਾ ਉੱਚੀ ਥੋੜ੍ਹਾ ਦੱਸਿਆ ਜੀ ਤੁਹਾਨੂੰ ਅੱਗੇ। ਹੁਣ ਉਸ ਤੋਂ ਵੱਡੇ ਮੈਂ ਵੱਡਾ ਤਾਂ ਨਹੀਂ ਸਨ ਉਦੋਂ। ਨਾਮ ਦੱਸੋ ਉਹਨਾਂ ਦੇ ਜ਼ਰਾ, ਕੀ ਨਾਮ ਸੀ? ਬਜਨ ਸਿੰਘ। ਹਾਂਜੀ। ਬਹਾਦਰ ਸਿੰਘ ਜੀ। ਜੀ। ਕਰਤਾਬੂ। ਹਾਂਜੀ। ਪ੍ਰਤਾਪ ਸਿੰਘ। ਕਰਤਾਬ ਸਿੰਘ, ਜਵਾਲਾ ਸਿੰਘ। ਜਵਾਲਾ ਸਿੰਘ ਆ ਸਾਹਮਣੇ ਉਹਦਾ ਘਰ ਹੁੰਦਾ ਸੀਗਾ। ਅੱਛਾ, ਆਪਸ ਦੇ ਵਿੱਚ ਕੀ ਤਲਕਾ ਸਨ ਉਸ ਵੇਲੇ ਲੋਕਾਂ ਦੇ? ਉਹ ਆਪੋ ਚ ਆਪਣੀਆਂ ਬਣਾ ਰਹੀ, ਉਹ ਠੀਕ ਠਾਕ ਸਨ ਆਪਣੇ। ਹਾਂਜੀ। ਉਹ ਮਤਲਬ ਅਸੀਂ ਖੂਹ 'ਚ ਪਾਣੀ ਲੈਣ ਗਏ ਹਾਂ, ਉਹਨਾਂ ਨੇ ਥੱਲੇ ਉੱਤਰ ਜਾਣਾ, ਉਹ ਉੱਪਰ ਪਾਣੀ ਕੱਢਣ ਡੈਬੇ ਨੇ। ਹਾਂਜੀ। ਅਸਾਂ ਥੱਲੇ ਉੱਤਰ ਜਾਣਾ। ਠੀਕ ਹੈ, ਮਤਲਬ ਕਿ ਇੰਨਾ ਪਿਆਰ ਸੀ ਇੱਕ ਦੂਜੇ ਨਾਲ ਕਿ ਵੀ ਕਿਸੇ ਨਾਲ ਨਫ਼ਰਤ ਨਹੀਂ ਸੀ, ਕਿਉਂਕਿ ਉੱਥੋਂ ਕਰਨਾਲ ਤੋਂ ਜਿਹੜੇ ਲੋਕ ਆਏ ਨੇ ਉਹਨਾਂ ਨੇ ਮੈਨੂੰ ਦੱਸਿਆ ਸੀ ਕਿ ਵੀ ਪਾਣੀ ਇੱਕ ਜਗ੍ਹਾ 'ਤੇ ਪੀਣ ਨਹੀਂ ਸੀ ਦਿੰਦੇ, ਲੇਕਿਨ ਦੱਸ ਰਹੇ ਨੇ ਕਿ ਵੀ ਇਹ ਸੰਤਾਂ ਦਾ ਪਿੰਡ ਸੀ, ਸਿੱਖ ਸੰਗਤ ਜਿਹੜੀ ਸੀ ਇੱਥੇ ਆਬਾਦ ਸੀ, ਔਰ ਇੱਥੇ ਕਿਸੇ ਦੀ ਕਿਸੇ ਨਾਲ ਕੋਈ ਨਫ਼ਰਤ ਨਹੀਂ ਸੀ, ਔਰ ਦੱਸ ਰਹੇ ਨੇ ਕਿ ਇੰਨੀ ਰਿਸਪੈਕਟ ਹੁੰਦੀ ਸੀ ਅਗਰ ਕੋਈ ਮੁਸਲਮਾਨ ਇੱਕ ਖੂਹ 'ਚੋਂ ਪਾਣੀ ਕੱਢ ਰਿਹਾ ਅਤੇ ਸਿੱਖ ਵੀਰ ਥੱਲੇ ਲੈ ਜਾਂਦਾ ਸੀ, ਅਗਰ ਕੋਈ ਮੁਸਲਮਾਨ ਵੀਰ ਉੱਤੇ ਪਾਣੀ ਕੱਢ ਰਿਹਾ ਤਾਂ ਸਿੱਖ ਵੀਰ ਥੱਲੇ ਲੈ ਜਾਂਦਾ ਸੀ, ਕਿ ਇੰਨੀ ਰਿਸਪੈਕਟ ਇੱਕ ਦੂਜੇ ਨੂੰ ਦਿੱਤੀ ਜਾਂਦੀ ਸੀ, ਔਰ ਇਹ ਸਭ ਵੰਡ ਤੋਂ ਪਹਿਲੇ ਦਾ ਹੋ ਰਿਹਾ। ਕੋਈ ਝਟਕਾ ਝੁਟਕਾ ਨਹੀਂ ਇੱਥੇ ਕੀਤਾ, ਅਸੀਂ ਵੀ ਸੁਣਦੇ ਰਹੇ ਆਣ ਕੇ ਇਹਨਾਂ ਦੇ ਵੱਡਿਆਂ ਕੋਲ, ਉਹਨਾਂ ਸਾਹਮਣੇ ਦਿਖਾ ਕੇ ਝਟਕਾ ਝੁਟਕਾ ਕੋਈ ਨਹੀਂ। ਅੱਛਾ, ਕੋਈ ਗੱਲ ਨਹੀਂ, ਦੱਸਿਆ ਹੀ ਨਹੀਂ ਇਹਨਾਂ ਨੂੰ ਵੀ ਇਹ ਕਰ, ਇਹਨਾਂ ਲਾਂਭੋ ਲਿਆ ਕੇ ਗੋਸ਼ਤ ਮੋਟਾ ਵਕਾ ਲਿਆ, ਉਹਨਾਂ ਤਲਾਸ਼ੀ ਨਹੀਂ ਕੀਤੀ। ਹਾਂਜੀ, ਸਹੀ ਹੈ। ਕਿਉਂ ਸਵਾ ਕੀਤਾ ਇਹਨਾਂ ਕਰ, ਮਤਲਬ ਕਿ ਕੋਈ ਨਫ਼ਰਤ ਵਾਲੀ ਕੋਈ ਚੀਜ਼ ਨਾ, ਇਹ ਸਮਝਦੇ ਸਾਨੂੰ ਚੰਗਿਆ ਨਹੀਂ ਸੀ, ਉਹਨਾਂ ਨੂੰ ਚੰਗਾ ਸਮਝਦੇ, ਦੁੱਖ ਨਹੀਂ ਸਾਨੂੰ ਦਿੱਤਾ, ਚੰਗਿਆ ਕੀ ਸਾਨੂੰ ਦੁੱਖ ਨਹੀਂ ਦਿੱਤਾ, ਸਾਨੂੰ ਪੈਲੀ 'ਚੋਂ ਨਹੀਂ ਆਖਿਆ, ਸਾਨੂੰ ਸਾਗ 'ਚੋਂ ਨਹੀਂ ਆਖਿਆ, ਸਾਨੂੰ ਭਰੀ ਦਿੰਦੇ, ਸਾਨੂੰ ਉਹ ਦਿੰਦੇ ਨੇ, ਸਾਨੂੰ ਚੰਗਾ ਕਰਦੇ ਨੇ। ਸਹੀ, ਮਤਲਬ ਕੋਈ ਦੱਸ ਰਹੇ ਨੇ ਕਿ ਖਾਸ ਕਰਕੇ ਦੇਖੋ ਮੇਰਾ ਇਹ ਤਕਰੀਬਨ ਤੀਵਾਂ ਪ੍ਰੋਗਰਾਮ ਹੈ, ਔਰ ਤੀਵੇਂ ਪ੍ਰੋਗਰਾਮ ਦੇ ਸਿਰਫ ਇੱਕ ਬੰਦੇ ਦਾ ਜਿਹੜਾ ਕਿ ਮੈਂ ਰਿਕਾਰਡਿੰਗ ਜਾ ਕੇ ਕੀਤੀ ਸੀ ਲਾਇਲਪੁਰ ਦੇ ਇੱਕ ਚੱਕ ਦੇ ਉੱਤੋਂ, ਉਹਦੇ ਵਿੱਚ ਵੀ ਇੱਕ ਗਲਤ ਫਹਿਮੀ ਦੇ ਥਰੂ ਹੀ ਇੱਕ ਬੰਦਾ ਜਿਹੜਾ ਸੀ ਉਹਨੇ ਕੱਟਵਰਡ ਕੀਤੀ ਸੀ, ਲੇਕਿਨ ਹਾਲੇ ਤੱਕ 29 ਪ੍ਰੋਗਰਾਮਾਂ ਦੇ ਵਿੱਚ ਕੋਈ ਐਸੀ ਚੀਜ਼ ਸਾਹਮਣੇ ਨਹੀਂ ਆ ਰਹੀ। ਆਖਿਰ ਉਹ ਕਿਹੜੀ ਚੀਜ਼ ਸੀ ਜਿਨ੍ਹਾਂ ਨੇ ਪੰਜਾਬੀਆਂ ਨੂੰ ਪੰਜਾਬੀਆਂ ਦਾ ਵੈਰੀ ਕਰ ਦਿੱਤਾ ਔਰ ਪੰਜਾਬੀਆਂ ਨੂੰ ਮਾਰਨ 'ਤੇ ਮਜਬੂਰ ਕਰ ਦਿੱਤਾ, ਜਿਹੜੇ ਕਿ ਸਦੀਆਂ ਤੋਂ ਪੰਜਾਬੀ ਇਕੱਠੇ ਰਹਿ ਰਹੇ ਸਨ? ਇਹ ਪਿਆਰ, ਇਹ ਤੀਸਰੀ ਗੱਲ ਇੱਕ ਹੀ ਪਿੰਡ ਦੇ ਵਿੱਚੋਂ ਮੈਂ ਸੁਣ ਰਿਹਾ ਵਾਂ ਕਿ ਕਿਸੇ ਦੀ ਕਿਸੇ ਨਾਲ ਕੋਈ ਨਫ਼ਰਤ ਨਹੀਂ ਸੀ, ਕਿਸੇ ਦਾ ਕਿਸੇ ਦੇ ਨਾਲ ਕੋਈ ਅਦਾਵਤ ਨਹੀਂ ਸੀ, ਕਿਸੇ ਨੂੰ ਕਿਸੇ ਦੇ ਨਾਲ ਗਿੱਲਾ ਸ਼ਿਕਵਾ ਹੀ ਕੋਈ ਨਹੀਂ ਸੀ, ਇੰਨਾ ਪਿਆਰ ਸੀ, ਔਰ ਇੱਕ ਦੂਜੇ ਦੀਆਂ ਚੀਜ਼ਾਂ ਜਿਹੜੀਆਂ ਨੇ ਮਿਲਣ ਵਰਤਣ ਦੀਆਂ ਇੰਜ ਇਸਤੇਮਾਲ ਕਰ ਲੈਂਦੇ ਸੀ ਪੁੱਛਣ ਤੋਂ, ਔਰ ਕੋਈ ਕਿਸੇ ਨੂੰ ਕੋਈ ਮਨਾ ਨਹੀਂ ਸੀ ਕਰਦਾ। ਜਿਸ ਵੇਲੇ ਜਦੋਂ ਗਏ ਨੇ ਇੱਥੋਂ ਅਤੇ ਉਸ ਵੇਲੇ
ਉਧਰੋਂ ਤੇ ਜਿਹੜੇ ਲੋਕ ਆਏ ਨੇ ਉਹ ਦੱਸਦੇ ਨੇ ਕਿ ਸਾਨੂੰ ਸਿੱਖ ਗਲੇ ਅਲੱਗ ਅਲੱਗ ਕੇ ਰੋਂਦੇ ਸੀ ਕਿ ਵੀ ਤੁਸੀਂ ਨਾ ਜਾਓ ਜਾਂ ਸਾਡਾ ਮਤਲਬ ਕਿ ਵੱਸ ਨਹੀਂ ਚੱਲਦਾ ਤੁਹਾਨੂੰ ਰੋਕ ਲਈਏ, ਲੇਕਿਨ ਗੌਰਮੈਂਟ ਦੇ ਆਰਡਰ ਸਨ ਬਾਹਰ ਕੈਫ, ਇੱਧਰੋਂ ਵੀ ਜਾਣਾ ਪਿਆ ਅੰਗਰੇਜ਼ ਦੀ ਸਰਕਾਰ ਕਹਿਣ ਤੋਂ ਲੋਕਾਂ ਨੂੰ, ਔਰ ਉਧਰੋਂ ਵੀ ਆਉਣਾ ਪਿਆ। ਅਤੇ ਇੱਥੇ ਪਿੰਡ ਵਿੱਚ ਉਸ ਵੇਲੇ ਲੋਕਾਂ ਦੇ ਕੀ ਕੀ ਜਜ਼ਬਾਤ ਸੀ, ਤੁਹਾਨੂੰ ਕੀ ਦੇਖਣ ਮਿਲਿਆ? ਇੱਥੋਂ ਜਸਾ ਆਇਆ ਸੀ ਮੰਡਿਆਲੀ ਦਾ ਜੀ, ਉਹਨਾਂ ਨੇ ਸਿਰ 'ਤੇ ਕੜੇ ਜਿਹੇ ਪਾਏ ਦੇ, ਖੱਟੀਆਂ ਪੱਗਾਂ ਬੱਜੀਆਂ, ਤਲਵਾਰਾਂ ਹੱਥਾਂ 'ਚ ਬੜੀ ਦੀਆਂ, ਉਹ ਲੁੱਟਣ ਆਏ ਸੁਨਿਆਰਿਆਂ ਨੂੰ। ਨਿਹੰਗ ਸਿੰਘਾਂ ਦੀ ਗੱਲ ਕਰ ਰਹੇ ਨੇ ਜੀ? ਸੁਨਿਆਰਿਆਂ ਨੇ ਲੁੱਟਣ ਆਏ, ਲੋਕਾਂ ਨੇ ਲੁੱਟਣ ਦਿੱਤਾ। ਅੱਛਾ, ਸੁਨਿਆਰੇ ਹਿੰਦੂ ਸਨ? ਉਰਲੇ ਬੰਨੇ ਹੁੰਦਾ ਸੀ ਇੱਕ ਸੁਲਤਾਨ ਮੌਲਵੀ, ਇੱਕ ਗਲੀ ਗੁੱਜਰ ਹੁੰਦਾ ਸੀ। ਅੱਛਾ, ਇਹਨਾਂ ਨੇ ਰਫਲਾ ਫਾੜ ਕੇ ਤੇ ਉਹਦੇ ਬਾਹਰ ਬਾਹਰ ਖਲੋਤੇ ਦੇ ਹੁੰਦੇ ਹਨ ਪਿੰਡ ਤੋਂ ਥੋੜੇ ਜਿਹੇ ਸਿੱਖਾਂ ਜਿਹੜੇ ਇੱਥੇ ਰਹੇ ਨਾ, ਉਹਨਾਂ ਕੋਲ ਚੀਜ਼ ਨੀ ਖੜੀ, ਉਹਨਾਂ ਕੋਲ ਕੜਾ ਨੀ ਖੜਿਆ, ਕੋਈ ਟੂਮ ਨੀ ਖੜੀ, ਕੋਈ ਬਾਅਦ ਵਿੱਚ ਇੱਧਰੋਂ ਲੋਕੀ ਆਏ ਨੇ ਨਾ ਹਿੰਦੁਸਤਾਨ ਚੋਂ, ਚਾਹੇ ਆਹੜੇ ਲਾਗੇ ਪਿੰਡਾਂ ਦੇ, ਇਹਨਾਂ ਕੋਠੇ ਕਾਠੇ ਢੇੜ ਕੇ ਤੇ ਕੋਈ ਪਤਾ ਲੱਗਾ ਕਿ ਇੱਥੋਂ ਦੇ ਲੋਕ ਕਿੱਥੇ ਜਾ ਕੇ ਵਸੇ? ਕੀ ਨਾਮ ਦੱਸਿਆ ਜੀ? ਮਾਂਗੀਆਂ ਖੋਤੀਆਂ। ਤੇ ਉੱਥੇ ਜਾ ਕੇ ਲੋਕ ਵਸੇ ਨੇ ਇੱਥੋਂ ਜਿਹੜੇ ਉਜੜੇ ਸੀ ਕੋਟਲੀ ਰਾਮਦਾਸ ਤੋਂ। ਮੇਰਾ ਫਿਰ ਮੈਸੇਜ ਹੈ ਪਿਆਰ ਔਰ ਮੁਹੱਬਤ ਦੇ ਨਾਮ, ਔਰ ਉਹਨਾਂ ਲੋਕਾਂ ਦੇ ਨਾਮ ਜਿਹੜੇ ਲੋਕ ਪੰਜਾਬ ਨੂੰ ਛੱਡ ਕੇ ਖਵਾ ਉੱਧਰੋਂ ਇੱਧਰ ਆਏ ਜਾਂ ਇੱਧਰ ਉੱਧਰ ਗਏ ਨੇ, ਦੋਵਾਂ ਨੂੰ ਸਲਾਮ ਹੈ। ਆਪਣੀ ਪੰਜਾਬੀਅਤ ਬਰਕਰਾਰ ਰੱਖਣ ਦੇ ਉੱਤੇ ਦੋਵਾਂ ਪਾਸੇ ਦੇ ਪੰਜਾਬੀਆਂ ਨੂੰ ਸੈਲੂਟ ਹੈ ਮੇਰਾ, ਕਿ ਇੱਕ ਦੂਜੇ ਨੂੰ ਕੱਟ ਵੱਢ ਨਹੀਂ ਕੀਤਾ ਔਰ ਬਹੁਤ ਚੰਗਾ ਕੀਤਾ, ਵਰਨਾ ਤਰੀਖ ਦੇ ਪੰਨੇ ਜਿਹੜੇ ਸੀ ਅੱਜ ਖੂਨ ਨਾਲ ਭਿੱਜੇ ਹੁੰਦੇ, ਔਰ ਪੰਜਾਬੀ ਹੀ ਪੰਜਾਬੀਆਂ ਨੇ ਇੱਕ ਦੂਜੇ ਦੇ ਖਿਲਾਫ ਕਿਸ ਤਰ੍ਹਾਂ ਹੋ ਗਏ, ਇਹ ਗੱਲ ਮੈਨੂੰ ਹਲੇ ਤੱਕ ਨਹੀਂ ਲੱਭਦੀ ਪਈ। ਮੈਂ ਇਸ ਚੀਜ਼ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਵਾਂ, ਆਖਰ ਉਹ ਕਿਹੜੇ ਲੋਕ ਸਨ ਜਿਨ੍ਹਾਂ ਨੇ ਇੱਕ ਦੂਸਰੇ ਦੇ ਦਰਮਿਆਨ ਇੰਨੀ ਨਫ਼ਰਤ ਫੈਲਾ ਦਿੱਤੀ। ਇਸ ਪਿੰਡ ਦੇ 'ਚ ਕੱਟਵੜ ਨਹੀਂ ਹੋਇਆ, ਲੈਲਪੁਰ ਨਹੀਂ ਹੋਇਆ, ਅਗਰ ਲਾਹੌਰ ਦੇ ਗਿਰਦ ਨਹੀਂ ਹੋਇਆ, ਫਿਰ ਪਿੰਡੀ ਦੇ ਵਿੱਚ ਕੁਛ ਪ੍ਰੋਗਰਾਮ ਮੈਨੂੰ ਕੁਛ ਐਸੇ ਸਾਹਮਣੇ ਆਏ ਸਨ ਕਿ ਜਿੱਥੇ ਵਾਕਈ ਹੀ ਕਿਹਾ ਗਿਆ 43 'ਚ ਵੀ ਕੱਟਵੜ ਹੋਇਆ, 41 'ਚ ਵੀ ਹੋਇਆ, ਔਰ 44 ਦੇ ਵਿੱਚ ਵੀ ਹੋਇਆ। ਇਹਨਾਂ ਪਿੰਡਾਂ ਦੇ ਲੋਕ ਚੁੱਪ ਕਰਕੇ ਗਏ ਔਰ ਚੁੱਪ ਕਰਕੇ ਉਧਰੋਂ ਲੋਕ ਆ ਗਏ। ਹਾਂ, ਹੁਲ ਹਲਾਰਾ, ਹੁਮ ਹਮਾਰਾ, ਉਹ ਤੇ ਕੱਲੂਕਾਰਾ, ਇਹ ਤੇ ਸਾਰਾ ਕੁਛ ਚੱਲਦਾ ਹੀ ਰਿਹਾ ਵਕਤ ਦੇ ਨਾਲ ਨਾਲ, ਲੇਕਿਨ ਜਿੱਥੇ ਜਿਹੜੀ ਚੀਜ਼ ਕਾਬਲੇ ਤਾਰੀਫ ਹੈ ਉਹਦੀ ਤਾਰੀਫ ਕਰਨੀ ਚਾਹੀਦੀ ਹੈ। ਮੈਂ ਫਿਰ ਕਹਾਂਗਾ ਕਿ ਪੰਜਾਬੀਅਤ 47 ਦੇ ਵਿੱਚ ਵੀ ਜਿੱਤ ਗਈ ਸੀ, ਬਾਕੀ ਚੀਜ਼ਾਂ ਸ਼ਾਇਦ ਹਾਰ ਗਈਆਂ ਹੋਣ। ਫਿਰ ਹਾਜ਼ਰ ਹੋਵਾਂਗਾ ਖੋਰੇ ਸੱਚ 47 ਦੇ ਲੈ ਕੇ ਆਰਕਾਈਵ 47 ਔਰ ਬਿਟਰ ਟਰੁੱਥਸ ਆਫ 1947। ਇਜਾਜ਼ਤ ਚਾਹਾਂਗਾ, ਮੈਂ ਹਾਂ ਤੁਹਾਡਾ ਆਪਣਾ ਹੌਸਲਾ ਬੁਝਾਉਂਦਾ।